प्रधानमंत्री समय-समय ते रेडियो दे जरिए मन की बात प्रोग्राम दे जरिए पूरे देश दे रूबरू हुंदे ने ते आए वार देखिया गया कि वो जिहड़े करंट मुद्दे ने उन्हां नूं अपनी इस गलबात दे विच जरूर चुकदे ने। इस बार उन्होंने सोके दा ते पिंडां दे विकास बारे चर्चा की। जी बिल्कुल, प्रधानमंत्री नरेंद्र मोदी मन की बात करते हैं, पर हालांकि विरोधियों वालों सवाल भी चुके जाते हैं कि वो मन की बात खुद ही करते हैं, लोगों के मन की बात जो ने वो जानने की कोशिश नहीं करते। खैर, सियासत का हिस्सा है, अगे वधदे अगली खबर तों रुख करते हैं। मंडिया चाटा तल स्कीम तहत गरीबां लई भरे जा रहे अनाज वड्डा कपला सामने आया है। बोरिया दे विच घट अनाज भरन दीआं तस्वीरां कैमरे दे विच कैद होईआं ने। संगरूर तों इह पूरी रिपोर्ट देखो। संगरूर स्थित इस सरकारी गोदाम च आटा दाल स्कीम दे नाम ते कीते जा रहे कपले दी तस्वीर सामने आई है। शिकायत दे आधार ते प्रशासनिक अफसर अते मीडिया दी टीम पहुंची तां कई बोरियां दा भार करवाया गया। तां किसे बोरी चो 800 ग्राम, किसे चो 1 किलो, किसे चो 1.5 किलो कणक घट पाएगी। जबकि बोरियां दे बाहर साफ पढ़िया जा सकदा है कि हर बोरी च 30 किलो अनाज होना चाहिदा है, पर कुछ आड़तीए गलत तरीके नाल घट अनाज भर अपनियां जेबां भर रहे ने। सिर्फ इन्ना ही नहीं, उसकी गुणवत्ता ते भी सवाल चुके गए। प्रशासनिक अफसर ने भी कई खामियां पाईयां ने ते कारवाई दी गल कही। उधर एडीसी वालों आड़तियां दे खिलाफ कारवाई दी गल कही गई है। ਇਹਦਾ ਇਹ ਹੋਣਾ ਚਾਹੀਦਾ 30 ਕਿਲੋ 400 ਗ੍ਰਾਮ ਤੇ ਆਈ ਥਿੰਕ ਅਰਾਊਂਡ 29.5 ਵੇਟ ਔਨ ਐਨ ਐਵਰੇਜ ਪਾਇਆ ਗਿਆ। ਟੀਮ ਹੈਸ ਵਿਜ਼ਿਟਡ ਐਂਡ ਦੇ ਹੈਵ ਫਾਊਂਡ ਆਊਟ ਅ ਰਿਪੋਰਟ, ਇਨੀਸ਼ੀਅਲ ਰਿਪੋਰਟ। ਇਨੀਸ਼ੀਅਲ ਰਿਪੋਰਟ ਸੇਜ਼ ਦੇਰ ਇਜ਼ ਸਮ ਕਾਈਂਡ ਆਫ ਡੈਫੀਸ਼ੀਐਂਸੀ ਇਨ ਦਾ ਬੈਗਸ। ਡਾਇਰੈਕਸ਼ਨ ਟੂ ਮੰਡੀ ਡੀਐਮਓ ਟੂ ਇਸ਼ੂ ਟੇਕ ਨੈਸੈਸਰੀ ਐਕਸ਼ਨ ਅਗੇਂਸਟ ਦ ਆੜਤੀਆਸ। ਬੋਰੀਆਂ ਭਰ ਰਹੇ ਮਜ਼ਦੂਰਾਂ ਨੇ ਵੀ ਤਸਦੀਕ ਕੀਤੀ ਕਿ ਬੋਰੀਆਂ ਚ ਘੱਟ ਅਨਾਜ ਭਰਿਆ। बैठिए इसमें किलो या 2 किलो आधा किलो ऐसे लगता है। कम है जी, 2 किलो तो। अब कितने आप कई बोरियों में कब कर रहे हो पूरी कर ले? 2 किलो 400 ग्राम। दोबारा खोल रहे हैं नहीं खोल कर तब उसमें डाल दे। शिकायतकर्ता मुताबिक उन्होंने काफी दिनों तो इसकी जानकारी मिल रही थी, जिससे उन्होंने प्रशासन को सूचित किया। उन्होंने मुलजमान खिलाफ सख्त कार्रवाई की मांग की है। बोरी के हिसाब नाल कणक घट पाई गई, जिहड़ी कि बहुत विच मिक्स हुई सी, लोअर क्वालिटी की सी। क्योंकि जो कल तो यह प्रेस च भी आया, प्रशासन में पता सी मुद्दा, उन्होंने बिल्कुल गंभीर नहीं लिया, तो उही उसे तरीके नाल प्रोसैस चल रहा सी। मामला काफी गंभीर है, उम्मीद है कि प्रशासन मुलजमान खिलाफ सख्त कार्रवाई करेगा ताकि कोई अजिहा दोबारा ना कर सके। सुमित जोशी, जी मीडिया, संगरूर। ਪੰਜਾਬ ਸਰਕਾਰ ਵੱਲੋਂ ਇਹ ਆਟਾ ਦਾਲ ਸਕੀਮ ਚਲਾਈ ਜਾ ਰਹੀ ਹੈ ਅਤੇ ਗਰੀਬਾਂ ਨੂੰ ਸਸਤਾ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਇਸੇ ਜ਼ਰੀਏ, ਪਰ ਇਸ ਦੇ ਵਿੱਚ ਉਹ ਕਪਲੇ ਨੇ ਸਿੱਧਾ ਹੀ ਨੇ ਕਿ ਗਰੀਬਾਂ ਦੇ ਹੱਕ ਤੇ ਛਾਪਾ ਮਾਰਨਾ। ਬਿਲਕੁਲ, ਤੁਸੀਂ ਇਹਨੂੰ ਸਮਝਣ ਦੀ ਕੋਸ਼ਿਸ਼ ਕਰੋ, ਜੇ ਇੱਕ ਬੋਰੀ ਦੇ ਵਿੱਚ 1 ਕਿਲੋ ਅਨਾਜ ਘੱਟ ਜਾ ਰਿਹਾ ਹੈ ਤਾਂ ਪੂਰੇ ਸੂਬੇ ਦੇ ਵਿੱਚ ਜੇਕਰ 10 ਲੱਖ ਬੋਰੀਆਂ ਭਰੀਆਂ ਗਈਆਂ ਤਾਂ 10 ਲੱਖ ਕਿਲੋ ਉਸਨੂੰ ਕੁਇੰਟਲ ਜਾਂ ਟਨਾਂ ਦੇ ਵਿੱਚ ਤੁਸੀਂ ਖੁਦ ਕੈਲਕੂਲੇਟ ਕਰ ਲਿਓ ਤਾਂ ਇੱਕ ਵੱਡਾ ਕਪਲਾ ਹੋ ਸਕਦਾ ਜੇ ਪੂਰੇ ਸੂਬੇ ਪੱਧਰ ਤੇ ਹੋ ਰਿਹਾ ਹੋਵੇ, ਜਾਂਚ ਦਾ ਵਿਸ਼ਾ ਹੈ। ਅਗਲੀ ਖਬਰ ਦਾ ਰੁਖ ਕਰਦੇ ਹਾਂ, ਗੱਲ ਕਿਸਾਨਾਂ ਦੀ ਹੋਏਗੀ। ਮੰਡੀਆਂ ਦੇ ਵਿੱਚ ਕੀ ਕੁਝ ਹੋ ਰਿਹਾ ਤੁਹਾਨੂੰ ਅਸੀਂ ਦਿਖਾਇਆ, ਜੋ ਅਨਾਜ ਘੱਟ ਭਰਿਆ ਜਾ ਰਿਹਾ ਪਰ ਕਿਸਾਨਾਂ ਦੀਆਂ ਖੁਦਕੁਸ਼ੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਆਏ ਦਿਨ ਕੋਈ ਨਾ ਕੋਈ ਕਿਸਾਨ ਮੌਤ ਨੂੰ ਗਲੇ ਲਗਾ ਰਿਹਾ ਹੈ। ਫਾਜ਼ਿਲਕਾ ਦੇ ਪਿੰਡ ਕੁੰਡਲ 'ਚ ਇੱਕ ਨੌਜਵਾਨ ਕਿਸਾਨ ਨੇ ਫਾਹ ਲਗਾ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਕਿਸਾਨ 5 ਭੈਣਾਂ ਦਾ ਇਕਲੌਤਾ ਭਰਾ ਸੀ। ਕਰਸਤੇ ਦੈਂਤ ਨੇ ਇੱਕ ਹੋਰ ਘਰ ਦੇ ਵਿੱਚ ਸੱਥਰ ਵਿਛਾ ਦਿੱਤਾ ਹੈ। ਵੱਡੇ ਮਾਂ-ਬਾਪ ਤੋਂ ਪੁੱਤਰ ਦਾ ਸਹਾਰਾ ਖੋਲਿਆ ਹੈ। ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਕੁੰਡਲ ਦਾ ਇਹ ਨੌਜਵਾਨ ਕਿਸਾਨ ਗੁਰਪ੍ਰੀਤ ਸਿੰਘ ਹੁਣ ਸਿਰਫ ਤਸਵੀਰ ਤੱਕ ਮਹਿਦੂਦ ਹੋ ਕੇ ਰਹਿ ਗਿਆ ਹੈ। 5 ਭੈਣਾਂ ਦੇ ਇਕਲੌਤੇ ਭਰਾ ਗੁਰਪ੍ਰੀਤ ਸਿੰਘ ਕੋਲ 4 ਏਕੜ ਜ਼ਮੀਨ ਸੀ ਅਤੇ ਉਸਦੇ ਸਿਰ ਤੇ ਤਕਰੀਬਨ 3 ਲੱਖ ਰੁਪਏ ਦਾ ਕਰਜ਼ ਸੀ। ਪਹਿਲਾਂ ਨਰਮੇ ਦੀ ਫਸਲ ਬਰਬਾਦ ਹੋ ਗਈ ਅਤੇ ਹੁਣ ਕਣਕ ਦੀ ਫਸਲ ਦਾ ਝਾੜ ਵੀ ਘੱਟ ਨਿਕਲਿਆ। ਗੁਰਪ੍ਰੀਤ ਸਿੰਘ ਦੀ ਪਹਿਲੀ ਸੇਮ ਦੀ ਮਾਰ ਹੇਠ ਪੈਂਦੀ ਸੀ ਜਿਸ ਕਰਕੇ ਫਸਲ ਦਾ ਝਾੜ ਘੱਟ ਨਿਕਲਦਾ ਸੀ, ਪਰ ਕਰਜ਼ ਦਾ ਭਾਰ ਦਿਨੋ ਦਿਨ ਵੱਧਦਾ ਜਾ ਰਿਹਾ ਸੀ, ਜਿਸ ਤੋਂ ਤੰਗ ਆ ਕੇ ਉਸਨੇ ਪਿੰਡ ਦੇ ਹੀ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮੁੰਡਾ ਛੋਟੀ ਉਮਰ ਦਾ ਸੀ, ਕੰਮ ਬਹੁਤ ਕਰਦਾ ਸੀ, ਸਪਰੇਅ ਕਰਦਾ, ਸਪਰੇਅ ਨੇ ਰਿਜ਼ਲਟ ਨਹੀਂ ਦਿੱਤਾ ਇਹਦੀ, ਅਤੇ ਨਰਮਾ ਜਮ੍ਹਾਂ ਹੀ ਨਹੀਂ ਹੋਇਆ ਵਿਚਾਰੇ ਦੇ। ਗੋਡੀ ਪਾਉਂਦਾ ਰਹਿੰਦਾ ਸਾਰਾ ਦਿਨ, ਖੇਤ ਜਾ ਕੇ ਰੋਂਦਾ ਪਿੜਦਾ, ਟੈਨਸ਼ਨ ਲੈ ਕੇ ਜੀ ਦੁਨੀਆਂ ਦੀ ਜਾਨ ਗਵਾਰੀ। ਉਹ ਆਰਥਿਕ ਤੰਗੀ ਕਰਕੇ ਜੀ ਘਰੋਂ ਗਰੀਬੀ ਆ ਗਈ, ਭੁੱਖ ਆ ਗਈ, ਪਹਿਲੀ ਥੋੜ੍ਹੀ ਹੈ ਅਤੇ ਮਤਲਬ ਕਸੇਮ 'ਚ ਆ ਗਈ, ਪਹਿਲੀ ਫਸਲ ਘੱਟ ਹੋਈ। ਬਹੁਤ ਮਿਹਨਤੀ ਮੁੰਡਾ ਸੀ ਮੇਰੇ ਨਾਲ, 5-7 ਸਾਲ ਹੁਣ ਵੀੜੀ ਨਾਲ ਕੰਮ ਕਰਦੇ ਸੀ ਇੱਕ ਦੂਜੇ ਦੇ ਖੇਤ ਜਾ ਕੇ ਅਸੀਂ, ਅਤੇ ਹੁਣ ਬਸ ਜਦੋਂ ਕੋਈ ਗੱਲ ਕਰਦੇ ਇਹੀ ਟੈਨਸ਼ਨ ਲੈਂਦਾ ਸੀ ਵੀ ਮੇਰੇ ਫਸਲ ਨਹੀਂ ਹੋਈ। ਪਿੰਡ ਦੇ ਸਰਪੰਚ ਨੇ ਦੱਸਿਆ ਕਿ ਉਹਨਾਂ ਦਾ ਪਿੰਡ
पिछले कुछ वर्षों तो सेम दी मार हिट है। पिंड दे विच पाइपलाइन भी विछाई गई है पर फिर भी कई खेतों दे विच ए समस्या बरकरार है। अते गुरप्रीत सिंह दी पैली भी सेम दे असर हिट सी जिस करके ओ परेशान सी। आर्थिक तंगी कारण इन्हें सुसाइड किया जी। पांच भैणां दा कल्ला भरा सी गा जी। चार एकड़े दे कोले जमीन सी जो तीन चार साल हो गए सेम च फसल उत्थे कोई हुई नहीं जी इस करके ने सुसाइड किया। उधर इस मामले विच पुलिस मृत किसान दे पिता गुरदेव सिंह दे बयानां दे आधार ते धारा 174 दे तहत कारवाई कर रही है। इन्हां कोल कुल 4 किले जमीन सी जो उहदे पिता ने दस्सिया ਵੀ ਉਹ ਸੇਮ ਦੇ ਵਿੱਚ ਆਈ ਹੋਈ ਆ ਅਤੇ ਫਸਲ ਬਿਲਕੁਲ ਨਹੀਂ ਹੁੰਦੀ। ਲੜਕਾ ਕਰਜ਼ੇ ਤੋਂ ਦੁਖੀ ਰਹਿੰਦਾ ਸੀ ਜਿਸ ਕਰਕੇ ਉਸਨੇ ਸੂਸਾਈਡ ਕੀਤੀ ਆ। ਕਿਸੇ ਦਾ ਉਹਦੇ ਵਿੱਚ ਕੋਈ ਕਸੂਰ ਨਹੀਂ ਸੀ ਇਸ ਕਰਕੇ 174 ਦੀ ਕਾਰਵਾਈ ਕੀਤੀ ਜਾ ਰਹੀ ਹੈ। ਖੇਤੀਬਾੜੀ ਤੋਂ ਦਿਨੋ ਦਿਨ ਘੱਟ ਰਹੀ ਆਮਦਨ, ਵੱਧ ਰਹੇ ਖਰਚੇ, ਫਸਲਾਂ ਦੀ ਬਰਬਾਦੀ, ਸੇਮ ਦੀ ਮਾਰ ਅਤੇ ਛੋਟੀ ਹੁੰਦੀ ਜਾ ਰਹੀ ਜੋਤ ਨੇ ਕਿਸਾਨਾਂ ਨੂੰ ਕੱਖੋਂ ਹੌਲੇ ਕਰ ਦਿੱਤਾ ਹੈ। ਇਹੀ ਵਜ੍ਹਾ ਹੈ ਕਿ ਮੁਲਕ ਦਾ ਪੇਟ ਪਾਲਣ ਵਾਲਾ ਕਿਸਾਨ ਅੱਜ ਆਪਣੀ ਜ਼ਿੰਦਗੀ ਨੂੰ ਖੁਦ ਖਤਮ ਕਰ ਰਿਹਾ ਹੈ। ਸੁਨੀਲ ਨਾਗਪਾਲ, ਜ਼ੀ ਮੀਡੀਆ, ਫਾਜ਼ਿਲਕਾ। ਤਾਂ ਲਗਾਤਾਰ ਕਿਸਾਨਾਂ ਦੀ ਖੁਦਕੁਸ਼ੀ ਦੇ ਮਾਮਲੇ ਸਾਹਮਣੇ ਆ ਰਹੇ ਨੇ। ਇੱਥੇ ਧਿਆਨ ਇਹ ਵੀ ਦੇਣ ਵਾਲੀ ਗੱਲ ਹੈ ਕਿ ਸਰਕਾਰਾਂ ਵੱਲੋਂ ਦਾਅਵੇ ਕੀਤੇ ਜਾਂਦੇ ਨੇ ਕਿ ਸਭ ਕੁਝ ਦਰੁਸਤ ਹੈ ਪਰ ਉਹ ਦਾਅਵੇ ਦੀ ਜ਼ਮੀਨੀ ਹਕੀਕਤ ਕੀ ਹੈ? ਸ਼ਾਇਦ ਕਿਸਾਨ ਨਹੀਂ ਸਮਝ ਪਾ ਰਹੇ ਜਾਂ ਫਿਰ ਸਰਕਾਰ ਸਮਝਾ ਨਹੀਂ ਪਾ ਰਹੀ ਜਾਂ ਫਿਰ ਜੋ ਸਰਕਾਰ ਦੀਆਂ ਸਕੀਮਾਂ ਨੇ ਉਹਨਾਂ ਤੱਕ ਪਹੁੰਚ ਨਹੀਂ ਪਾ ਰਹੀਆਂ ਅਤੇ ਅਜਿਹੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ। ਨਾਲੇ ਗੌਰਵ, ਕਿੰਨਾ ਕੁ ਪ੍ਰੈਸ਼ਰ ਰਹਿੰਦਾ ਹੋਏਗਾ ਕਿਸਾਨ ਦੇ ਮਨ 'ਤੇ ਕਿ ਉਹ ਖੁਦਕੁਸ਼ੀ ਕਰਨ ਨੂੰ ਮਜਬੂਰ ਹੋ ਜਾਂਦਾ ਹੈ? ਕਾਫੀ ਵਾਰ ਕੋਸਤਾ ਵੀ ਹੋਏਗਾ ਖੁਦ ਨੂੰ, ਯਾਨੀ ਕਿ ਜੋ ਮਾਮਲੇ ਨੇ ਅਜੇ ਲਗਾਤਾਰ ਸੁਰਖੀਆਂ ਬਣ ਰਹੇ ਅਤੇ ਕਿਸਾਨਾਂ ਦੀ ਖੁਦਕੁਸ਼ੀ ਜੋ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਨੇ। ਹਾਲਾਂਕਿ ਸਰਕਾਰਾਂ ਦਾਅਵਾ ਕਰਦੀਆਂ ਨੇ ਅਸੀਂ ਉਹਨਾਂ ਲਈ ਕਦਮ ਚੁੱਕ ਰਹੇ ਅਤੇ ਅਜਿਹਾ ਕਦਮ ਹੁਣ ਕਿਸਾਨਾਂ ਦੀ ਬਿਹਤਰੀ ਲਈ ਕੇਂਦਰ ਸਰਕਾਰ ਵਿੱਚ ਚੁੱਕਣ ਦਾ ਦਾਅਵਾ ਕਰ ਰਹੀ ਹਾਂ। ਜੇ ਤੁਹਾਨੂੰ ਰਿਪੋਰਟ ਦਿਖਾਉਂਦੇ ਹਾਂ, ਮੋਦੀ ਸਰਕਾਰ ਨੇ ਕਿਸਾਨਾਂ ਦੀ ਬਦਹਾਲੀ ਦੂਰ ਕਰਨ ਦੇ ਲਈ ਵੱਡੇ ਪੱਧਰ 'ਤੇ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਤਹਿਤ ਇੱਕ ਅਜਿਹਾ ਸਿਸਟਮ ਤਿਆਰ ਕੀਤਾ ਜਾ ਰਿਹਾ ਜਿੱਥੇ ਕਿਸਾਨਾਂ ਨੂੰ ਪਹਿਲਾਂ ਤੋਂ ਹੀ ਪਤਾ ਹੋਵੇਗਾ ਕਿ ਉਹਨਾਂ ਦੀ ਫਸਲ ਦੀ ਕੀਮਤ ਕਿੰਨੀ ਹੋਵੇਗੀ ਅਤੇ ਉਸਦਾ ਖਰੀਦਦਾਰ ਕੌਣ ਹੋਵੇਗਾ, ਯਾਨੀ ਬਿਨਾਂ ਵਿਚੋਲਿਆਂ ਤੋਂ ਅਸ਼ਿਓਰਡ ਬਾਜ਼ਾਰ ਅਤੇ ਕੀਮਤ। ਇਹ ਐਕਸਕਲੂਸਿਵ ਰਿਪੋਰਟ ਦੇਖੋ। ਕਿਸਾਨਾਂ ਦੇ ਚੰਗੇ ਦਿਨ ਲਿਆਉਣ ਦੇ ਲਈ ਮੋਦੀ ਸਰਕਾਰ ਨੇ ਇਕੱਠੇ ਕਈ ਮੋਰਚਿਆਂ ਤੇ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਦੇ ਤਹਿਤ ਕਿਸਾਨਾਂ ਨੂੰ ਏਸ਼ਿਆਰਡ ਮਾਰਕੀਟ ਦੇਣ ਅਤੇ ਵਿਚੌਲੀਆਂ ਦੀ ਭੂਮਿਕਾ ਘੱਟ ਕਰਨ ਦੇ ਲਈ APMC ਐਕਟ ਵਿੱਚ ਬਦਲਾਅ ਕੀਤਾ ਜਾ ਰਿਹਾ ਹੈ ਤਾਂ ਕਿ ਕੰਟਰੈਕਟ ਫਾਰਮਿੰਗ ਨੂੰ ਨਵੇਂ ਸਿਰੇ ਤੋਂ ਲਾਗੂ ਕੀਤਾ ਜਾ ਸਕੇ। ਸੂਤਰਾਂ ਦੇ ਮੁਤਾਬਕ ਨੀਤੀ ਕਮਿਸ਼ਨ ਦੇ ਵੱਲੋਂ ਇਸ ਦੀ ਪਹਿਲ ਕੀਤੀ ਜਾ ਰਹੀ ਹੈ। ਕੰਟਰੈਕਟ ਫਾਰਮਿੰਗ ਦੇ ਲਈ ਕਿਸਾਨ ਅਤੇ ਕੰਪਨੀਆਂ ਦੇ ਵਿਚਾਲੇ ਪਹਿਲਾਂ ਤੋਂ ਤੈਅ ਕੀਮਤ ਨੂੰ ਸਹੀ ਤਰੀਕੇ ਨਾਲ ਲਾਗੂ ਕੀਤਾ ਜਾਏਗਾ। ਇਸ ਦੇ ਲਈ ਲੋਕਲ ਪੱਧਰ ਉੱਤੇ ਡਿਸਪਿਊਟ ਰੈਡਰੈਸਲ ਕਮੇਟੀ ਬਣਾਉਣ ਦੀਆਂ ਤਿਆਰੀਆਂ ਹੋ ਰਹੀਆਂ ਨੇ। ਇਸ ਕਮੇਟੀ ਵਿੱਚ ਕਿਸਾਨਾਂ ਦੇ ਆਗੂ, ਕੰਪਨੀਆਂ ਦੇ ਆਗੂ ਅਤੇ ਸੂਬਾ ਸਰਕਾਰ ਦੇ ਨੁਮਾਇੰਦੇ ਸ਼ਾਮਲ ਹੋਣਗੇ। ਨਾਲ ਹੀ ਨਵੇਂ ਐਕਟ ਵਿੱਚ ਮਾਰਕੀਟ ਦੇ ਹਾਲਾਤ ਦੇ ਮੁਤਾਬਕ ਤੈਅ ਕੀਮਤ ਨੂੰ 10% ਘਟਾਉਣ ਜਾਂ ਵਧਾਉਣ ਦੀ ਵੀ ਮਨਜ਼ੂਰੀ ਹੋਵੇਗੀ। ਇਹ ਕਿਸਾਨ ਅਤੇ ਕੰਪਨੀ ਦੋਨਾਂ ਦੇ ਲਈ ਹੋਏਗਾ। ਇਸ ਦੇ ਇਲਾਵਾ ਕਮਿਊਨਿਟੀਜ਼ ਦੇ ਇੰਟਰ ਸਟੇਟ ਟੈਕਸ ਨੂੰ ਯੂਨੀਫਾਰਮ ਬਣਾਉਂਦੇ ਹੋਏ 4% ਕਰਨ ਉੱਤੇ ਵੀ ਵਿਚਾਰ ਹੋ ਰਿਹਾ ਹੈ। ਫਿਲਹਾਲ ਵੱਖ ਵੱਖ ਸੂਬਿਆਂ ਵਿੱਚ ਇਹ ਦਰ 10-15% ਤੱਕ ਹੈ। ਨਾਲ ਹੀ ਦੂਜਿਆਂ ਦੀ ਜ਼ਮੀਨ ਉੱਤੇ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਵੀ ਕੰਟਰੈਕਟ ਫਾਰਮਿੰਗ ਦੀ ਇਜਾਜ਼ਤ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਕੰਟਰੈਕਟ ਫਾਰਮਿੰਗ ਨੂੰ ਸੋਇਲ ਹੈਲਥ ਕਾਰਡ ਨਾਲ ਵੀ ਲਿੰਕ ਕਰਨ ਦੀ ਤਿਆਰੀ ਹੈ। ਯਾਨੀ ਕੁੱਲ ਮਿਲਾ ਕੇ ਸਰਕਾਰ ਕਿਸਾਨਾਂ ਦੇ ਲਈ ਅਜਿਹੀ ਵਿਵਸਥਾ ਦੀ ਤਿਆਰੀ ਵਿੱਚ ਹੈ ਜਿਸ ਵਿੱਚ ਕਿਸਾਨਾਂ ਨੂੰ ਪਹਿਲਾਂ ਤੋਂ ਪਤਾ ਹੋਏਗਾ ਕਿ ਉਸਨੂੰ ਫਸਲ ਦੇ ਬਦਲੇ ਕਿੰਨੀ ਕੀਮਤ ਮਿਲਣ ਵਾਲੀ ਹੈ। ਬਿਊਰੋ ਰਿਪੋਰਟ, ਜ਼ੀ ਮੀਡੀਆ। ਸੋ ਕਿਸਾਨਾਂ ਦੇ ਅੱਛੇ ਦਿਨ ਲਿਆਉਣ ਦੀ ਤਿਆਰੀ ਮੋਦੀ ਸਰਕਾਰ ਕਰ ਰਹੀ ਹੈ। ਇਹਨਾਂ ਅੱਛੇ ਦਿਨਾਂ ਦਾ ਇੰਤਜ਼ਾਰ ਕਿਸਾਨਾਂ ਦੇ ਨਾਲ ਨਾਲ ਸਾਨੂੰ ਵੀ ਰਹੇਗਾ। ਬਿਲਕੁਲ, ਤੇ ਕਦੋਂ ਆਉਂਦੇ ਨੇ ਅੱਛੇ ਦਿਨ ਉਸਦਾ ਵੀ ਇੰਤਜ਼ਾਰ ਰਹੇਗਾ। ਅਗਲੀ ਖਬਰ ਦਾ ਰੁਖ ਕਰਦੇ ਹਾਂ। ਅਗਲੀ ਖਬਰ ਕਾਨੂੰਨ ਵਿਵਸਥਾ ਦੇ ਨਾਲ ਜੁੜੀ ਹੋਈ ਹੈ। ਜੀ ਹਾਂ, ਮੁਕਤਸਰ ਤੋਂ ਖਬਰ ਹੈ। ਮੁਕਤਸਰ ਵਿੱਚ ਇੱਕ ਮਹੀਨੇ ਪਹਿਲਾਂ ਰੇਪ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਇੱਕ ਮੁਲਜ਼ਮ ਨੇ ਤਾਂ ਅਦਾਲਤ ਵਿੱਚ ਸਰੈਂਡਰ ਕਰ ਦਿੱਤਾ ਸੀ ਅਤੇ ਹੁਣ ਪੁਲਿਸ ਨੇ ਫਰਾਰ ਹੋਏ ਇੱਕ ਹੋਰ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ। ਪਰ ਇਸ ਵਾਰਦਾਤ ਦੀਆਂ ਜੋ CCTV ਤਸਵੀਰਾਂ ਸਾਹਮਣੇ ਆਈਆਂ ਉਸਨੇ ਕਮਜ਼ੋਰ ਕਾਨੂੰਨ ਵਿਵਸਥਾ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਮੂਲ ਕੋਈ ਖੜਾ ਇਹ ਨੌਜਵਾਨ ਪਿਛਲੇ ਇੱਕ ਮਹੀਨੇ ਤੋਂ ਆਪਣੇ ਗੁਨਾਹਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਆਖਿਰ ਇਹ ਬੇਪਰਦਾ ਹੋ ਗਿਆ। ਪੁਲਿਸ ਦੀ ਗ੍ਰਿਫਤ 'ਚ ਆਏ ਇਸ ਮੁਲਜ਼ਮ ਤੇ ਇਲਜ਼ਾਮ ਨੇ ਇੱਕ ਸ਼ਰਮਨਾਕ ਵਾਰਦਾਤ ਨੂੰ ਅੰਜਾਮ ਦੇਣ ਦੇ। ਵਾਰਦਾਤ ਮਲੋੜ ਦੀ ਹੈ ਜਿੱਥੇ ਕੁੜੀ ਨਾਲ ਰੇਪ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਅਤੇ ਇਸ ਮਾਮਲੇ 'ਚ ਪੁਲਿਸ ਨੇ ਮੁੱਖ ਮੁਲਜ਼ਮ ਨੂੰ ਤਾਂ ਗ੍ਰਿਫਤਾਰ ਕਰ ਲਿਆ ਸੀ ਪਰ ਉਸਦਾ ਸਾਥੀ ਫਰਾਰ ਸੀ। ਪੁਲਿਸ ਨੇ ਖੁਲਾਸਾ ਕੀਤਾ ਕਿ ਮੁਲਜ਼ਮ ਵਾਰਦਾਤ ਦੇ ਵੇਲੇ ਕਾਰ ਚਲਾ ਰਿਹਾ ਸੀ ਅਤੇ ਪੁਲਿਸ ਨੇ ਵਾਰਦਾਤ 'ਚ ਇਸਤੇਮਾਲ ਕੀਤੀ ਗਈ ਕਾਰ ਵੀ ਬਰਾਮਦ ਕਰ ਲਈ ਹੈ।
था सिटी मलोट का, उसमें जो जगदीप जो था उसको तो पहले ही अरेस्ट कर लिया था, जो उसका साथी था जो कार चला रहा था उसको भी हमने रात को अरेस्ट कर लिया है, और जो गाड़ी है वो भी रिकवर कर ली है। सर गाड़ी किसकी थी और चला कौन रहा था? गाड़ी जो है उसका ऑनर तो जगदीप जो है, और जो उसका साथी है जो ये संदीप सिंह ये गाड़ी चला रहा था। तो कहाँ से मिला आपको ये पुलिस ने कहाँ से अरेस्ट किया है? इसको मलोट से हमने किया है। कब कोर्ट में पेश करें उसको? इसको कल को करेंगे। सर कोई क्रिमिनल बैकग्राउंड रही हो इसकी, कोई इस तरह का पता चला? वो वेरीफाई कर रहे हैं अभी। ये वारदात 25 मार्च दी है, ते वारदात तो पहला दिया तस्वीरां तीजी अख मतलब सीसीटीवी कैद हुई सन। तस्वीरां च देखा जा सकता है कि शरिया एक कुड़ी नु जबरदस्ती खिंच के ले जाया जा रहा है, वह कुड़ी खुद नु छुड़ाने की कोशिश कर रही है, किसी नु मदद लई आवाज लगा रही है, पर पूरा इलाका सुनसान है, किते कोई नजर नहीं आ रहा। ते लाल रंग की टी शर्ट पाए नौजवान कुड़ी नु घड़ीसता होया अपने नाल ले जा रहा है। इल्जाम हन कि इस तो बाद मुलजम ने अपने साथी नाल मिलकर रेप की वारदात नु अंजाम दिता। भावे दोवें मुलजम पुलिस की गिरफ्त ने, पर इस मामले च पुलिस की कार्रवाई से भी सवाल खड़े हुए सन, और पुलिस के नाल नाल शहर की कानून व्यवस्था से भी सवाल उठने लाजमी ने। सुरेंद्र बाबर, जी मीडिया, मुक्तसर। तो बहुत सारे सवाल पुलिस से भी खड़े होंगे ने, क्योंकि इल्जाम लगाए जा रहे हैं कि 5 दिन तक FIR दर्ज नहीं की गई। हालांकि हुण पुलिस ने दोनों मुलजमान को काबू कर लिया है, कार भी बरामद कर ली गई है, पर सवाल साढ़े समाज से भी उठते हैं कि क्यों उस कुड़ी की कोई मदद करने के लिए अगे नहीं आया, क्योंकि घर तो घड़ी इस दिन तो बाद कार तक ले जाना था जिथे वारदात को अंजाम दिता गया, एक लंबा पैड़ा तय किया गया। बिल्कुल, औरतों की सुरक्षा को लेकर कई गंभीर सवाल खड़े हुए हैं इस पूरे मसले तो बाद। अगे वधिया, अगे एक गुड न्यूज़ है, हिमाचल प्रदेश के नाम एक होर प्राप्ति दर्ज हो गई है। सूबे का किन्नौर देश का सब तो घट हवा प्रदूषण वाला जिला बन गया है। देश की राजधानी दिल्ली च सब तो ज्यादा प्रदूषण दर्ज किया गया है। IIT दिल्ली की रिसर्च में यह जानकारी सामने आई है। हाल ही दे विच इंडियन इंस्टीट्यूट ऑफ टेक्नोलॉजी दिल्ली दे सेंटर फॉर एटमॉस्फेरिक साइंस ने हवा च प्रदूषण उत्ते एक रिसर्च कीती। रिसर्च विच हिमाचल प्रदेश अते खास तौर ते उसदे जिले किन्नौर दा हौसला वधाउण वाली जानकारी सामने आई। रिसर्च विच पाया गया कि किन्नौर देश दा सब तो घट हवा च प्रदूषण वाला जिला है। इत्थों दे लोक इस नाल खुश ने अते उम्मीद जता रहे ने कि इस प्राप्ति दे नाल इलाके विच टूरिज्म नू वधावा मिलेगा। सबसे वायु प्रदूषण कम वाला जो क्षेत्र है वो हिमाचल का किन्नौर जिला है। तो हम खुशनसीब है कि हम ऐसे पहाड़ी क्षेत्र में रहते हैं जहाँ पर स्वच्छ हवा और स्वच्छ वातावरण है। IIT के सर्वे के मुताबिक दिल्ली सबसे ज़्यादा पोल्यूशन वाला बना है, और किन्नौर जिला सबसे पोल्यूशन फ्री रहा है। इसमें हमारे किन्नौर को सबसे इको फ्रेंडली, सबसे स्वच्छ घोषित किया गया है। तो एज ए बींग होटलियर, कई लोग हमारे पास आते हैं, बाहर देश से आते हैं, हमारे हिंदुस्तान के लोग आते हैं, तो जब वो हमें ये कहते हैं तो हमें बहुत ही गौरवान्वित महसूस करते हैं। दरअसल किन्नौर दा प्रदूषण मुक्त बनाउण विच इत्थों दे जंगलात महकमे दा काफ़ी अहम रोल है। अंदाजा इसी गल नाल लगाया जा सकता है कि जंगलात महकमे ने पिछले 3 सालों विच किन्नौर च रुख लगाउण अते इस नूं सांभण विच 5.64 करोड़ रुपए खर्च किए ने। ग्लोबल वार्मिंग के प्रति वहाँ के लोकल जो हैं, किन्नौर के वासी जो हैं, वो जागरूक हैं, और उनकी इकोनॉमी क्योंकि एप्पल पे बेस्ड हो गई है, आजकल हॉर्टिकल्चर की तरफ काफ़ी लोग आ गए हैं, तो उनको मालूम है कि एप्पल इकोनॉमी का अगर सर्वाइव करना है तो फॉरेस्ट को बचाना है, क्योंकि उसको क्लाइमेट में जो कूलिंग पीरियड चाहिए, चिलिंग पीरियड चाहिए सेब को, वो बहुत आयत में मिलता है। वन विभाग के रामपुर वृत्त विच 570,000 हेक्टेयर वन ने, इन्हां विचों 80% तो ज़्यादा किन्नौर जिले विच, यानी 463,000 हेक्टेयर वन आउंदा है। किन्नौर दा खेतरफल 6,401 स्क्वायर किलोमीटर है। जनसंख्या की गिनती पर स्क्वायर किलोमीटर सिर्फ 13 है। घट जनसंख्या अते घट वायु प्रदूषण का फायदा यह है कि इत्थे अस्थमा, कफ, एलर्जी अते सांह दीआं बीमारियां भी बेहद घट ने। साफ हवा विच हार्ट अटैक का डर भी घट हुंदा है। विशेषर नेगी, जी मीडिया, किन्नौर। तो सब तो घट हवा प्रदूषण वाला जिला है किन्नौर, अते काफ़ी तसली हुई किन्नौर वासियों, तो जो तसली से उन्होंने चेहरे पर भी साफ देखी जा सकती। सो जेकर तुसी भी
ਭੀੜ ਭਾੜ ਵਾਲੀ ਜਗ੍ਹਾ ਤੋਂ ਦੂਰ ਸੁੱਕਾ ਸਾਹ ਲੈਣਾ ਹੋਵੇ ਤੁਸੀਂ ਵੀ ਕਿਨੌਰ ਜ਼ਰੂਰ ਜਾਣਾ। ਬਿਲਕੁਲ, ਜੇਕਰ ਤੁਸੀਂ ਗਰਮੀ ਦੀਆਂ ਛੁੱਟੀਆਂ ਪਲਾਨ ਕਰ ਰਹੇ ਹੋ ਤਾਂ ਕਿਨੌਰ ਹਿਮਾਚਲ ਪ੍ਰਦੇਸ਼ ਪਲਾਨ ਕਰ ਸਕਦੇ ਹੋ, ਘੱਟੋ ਘੱਟ ਹਵਾ ਤਾਂ ਤੁਹਾਨੂੰ ਸਾਫ਼ ਮਿਲੇਗੀ। ਅੱਗੇ ਵੱਧਦੇ ਹਾਂ, ਅਗਲੀ ਖਬਰਦਾਰ ਕਰਾਂਗੇ ਅਤੇ ਹੁਣ ਤੁਹਾਨੂੰ ਮਿਲਵਾਉਂਦੇ ਹਾਂ ਇੱਕ ਅਜਿਹੇ ਸ਼ਖਸ ਦੇ ਨਾਲ ਜੋ ਬਹੁਤ ਲੋਕਾਂ ਦੇ ਲਈ ਪ੍ਰੇਰਨਾ ਬਣ ਰਹੇ ਨੇ। 60 ਸਾਲ ਦੀ ਉਮਰ ਪਾਰ ਕਰਨ ਤੋਂ ਬਾਅਦ ਵੀ ਉਹਨਾਂ ਦਾ ਜੋਸ਼ ਅਤੇ ਚੁਗਿਰਦਾ ਬਚਾਉਣ ਦਾ ਜੋ ਨਜ਼ਰੀਆ ਹੈ ਉਸ ਤੋਂ ਸਬਕ ਲੈਣ ਦੀ ਜ਼ਰੂਰਤ ਹੈ। ਰਿਪੋਰਟ ਦੇਖੋ। ਕੁਦਰਤ ਦੀ ਗੋਦ 'ਚ ਵਕਤ ਗੁਜ਼ਾਰਨ ਤੋਂ ਬਿਹਤਰ ਹੋਰ ਕੀ ਅਹਿਸਾਸ ਹੋ ਸਕਦਾ ਹੈ। ਪਰ ਜਿਸ ਕੁਦਰਤ ਨੂੰ ਹੁਣ ਤੱਕ ਇਨਸਾਨ ਸਿਰਫ ਬਰਬਾਦ ਕਰਦਾ ਹੈ, ਉਸੇ ਕੁਦਰਤ ਨੂੰ ਇੱਕ ਵਾਰ ਫਿਰ ਤੋਂ ਸਵਾਰਨ ਦਾ ਜ਼ਿੰਮਾ ਉਠਾਇਆ ਜੰਮੂ 'ਚ ਰਹਿਣ ਵਾਲੇ ਰਜਿੰਦਰ ਸਿੰਘ ਜਾਂਵਾਲ ਨੇ। ਜਦੋਂ ਤੱਕ ਨੌਕਰੀ ਕਰਦੇ ਸਨ ਤਦ ਤੱਕ ਸਿਰਫ ਘਰ ਦੀ ਜ਼ਿੰਮੇਵਾਰੀ ਚੁੱਕੀ, ਪਰ ਰਿਟਾਇਰ ਹੋਣ ਤੋਂ ਬਾਅਦ ਉਹਨਾਂ ਨੇ ਕੁਦਰਤ ਦਾ ਕਰਜ਼ ਵਾਪਸ ਕਰਨ ਦਾ ਖਿਆਲ ਆਇਆ। ਇਸ ਤੋਂ ਬਾਅਦ ਤੋਂ ਹੀ ਉਹਨਾਂ ਨੇ ਮਾਂਡਾ ਸ਼ਹਿਰਗਾਹ 'ਚ ਪੇੜ ਪੌਦੇ ਲਗਾਉਣ ਦੀ ਸ਼ੁਰੂਆਤ ਕੀਤੀ। ਇਤਨਾ ਧਰਤੀ ਕੋ ਹਮਨੇ ਲੂਟਾ ਹੈ, ਕੁਛ ਧਰਤੀ ਕੋ ਵਾਪਸ ਦੇ ਜਾਏ, ਉੱਪਰ ਜਾਏਗੇ ਤੋ ਕਿਆ ਸ਼ਕਲ ਦਿਖਾਏਗੇ। ਤੋ ਇਸ ਲਈ ਮੈਨੇ 60 ਸਾਲ ਕੀ ਉਮਰ ਮੇ ਯਹਾਂ ਪੇ ਯੇ ਪੌਦੇ ਲਗਾਣੇ ਸ਼ੁਰੂ ਕਰ ਦੀਏ ਥੇ। ਤੋ ਅਭੀ ਸਮਝੋ ਕਿ 4 ਸਾਲ ਹੋ ਗਏ ਹਮਾਰੇ ਕੋ, ਤੋ ਮੇਰੇ ਸਾਥ ਮੈਂ ਅਕੇਲਾ ਨਹੀਂ ਹੂੰ, ਮੈਨੇ ਤੋ ਸ਼ੁਰੂਆਤ ਕੀ ਲੇਕਿਨ ਪਾਣੀ ਸਭ ਨੇ ਦੀਆ, ਹੱਥ ਸਾਰੇ ਜਿਤਨੇ ਸੀਨੀਅਰ ਸਿਟੀਜ਼ਨ ਆਤੇ ਹੈ ਯਹਾਂ ਪੇ ਮਾਂਡੇ ਮੇ, ਲੇਡੀਜ਼ ਆਤੀ ਹੈ, ਉਹ ਸਾਰੇ ਮੇਰੀ ਪਾਣੀ ਪੂਣੀ ਮੈਂ ਭਰ ਕੇ ਰੱਖ ਦਿੱਤਾ। ਉਹ ਵਿਚਾਰੇ ਜੋ ਲੀਕੇਜ ਹੈ ਯਹਾਂ ਪੇ ਪਾਣੀ ਕੀ, ਉਨਸੇ ਲੀਕੇਜ ਜੋ ਪਾਈਪ ਹੈ ਉਨਸੇ ਹਮ ਪਾਣੀ ਲਾ ਕੇ ਇਨਕੋ ਪਾਣੀ ਦੇਤੇ ਹੈ। ਕਹਿੰਦੇ ਨੇ ਜੇਕਰ ਚੰਗੇ ਕੰਮ ਵੱਲ ਇੱਕ ਕਦਮ ਵਧਾਓ ਤਾਂ ਈਸ਼ਵਰ ਤੁਹਾਨੂੰ ਹਜ਼ਾਰ ਕਦਮ ਅੱਗੇ ਵਧਾਉਣ ਦੀ ਪ੍ਰੇਰਣਾ ਦਿੰਦਾ ਹੈ। ਕੁਝ ਅਜਿਹਾ ਹੀ ਰਜਿੰਦਰ ਸਿੰਘ ਦੇ ਨਾਲ ਵੀ ਹੋਇਆ। 60 ਸਾਲ ਦੇ ਰਜਿੰਦਰ ਨੂੰ ਰੁੱਖ ਲਗਾਉਂਦੇ ਅਤੇ ਮਿਹਨਤ ਕਰਦੇ ਦੇਖ ਉਹਨਾਂ ਦੇ ਨਾਲ ਇੱਕ ਇੱਕ ਕਰਦਿਆਂ ਹੋਇਆ ਮਾਰਨਿੰਗ ਵਾਕ ਕਰਨ ਵਾਲਿਆਂ ਦਾ ਸਾਥ ਮਿਲਣ ਲੱਗਾ। ਕੀ ਬੱਚੇ ਤੱਕ ਕੀ ਬੁੱਢੇ, ਹਰ ਕੋਈ ਉਹਨਾਂ ਤੋਂ ਪ੍ਰੇਰਣਾ ਲੈ ਕੇ ਰੁੱਖ ਲਗਾਉਣ 'ਚ ਰਜਿੰਦਰ ਸਿੰਘ ਦਾ ਮਦਦਗਾਰ ਬਣ ਗਿਆ। ਵਿਦਾਊਟ ਲੇਬਰ ਜੋ ਹੈ ਪਿਟਸ ਖੋਦਨਾ ਇਹ ਸਭ ਬਹੁਤ ਡਿਫੀਕਲਟ ਟਾਸਕ ਹੈ ਜੋ ਅਕੇਲੇ ਕਰ ਰਹੇ ਔਰ ਖੁਦ ਹੀ ਪਾਣੀ ਕਾ ਦੇਖੀਏ ਹਮਾਰੇ ਪਾਸ ਯਹੀ ਸੋਰਸ ਹੈ ਬਸ। ਤੋ ਸਭ ਲੋਕ ਜੋ ਹੈ ਹਮ ਯੂਥ ਉਨਕੇ ਸਾਥ ਜੁੜੇ ਹੈ ਔਰ ਉਨਕੀ ਮੋਟੀਵੇਸ਼ਨ ਹਮੇ ਮਿਲੀ ਹੈ ਇਸ ਕਾਮ ਕੋ ਕਰਨੇ ਕੇ ਲੀਏ। ਉਹਨੇ ਇੱਕ ਪੇੜ ਲਗਾਉਣਾ ਕਾ ਕਾਮ ਜੋ ਸ਼ੁਰੂ ਕੀਆ, ਆਸਾ ਆਸਾ ਪੇੜ ਲਗਾਉਣਾ ਕਾ ਕਾਮ ਸ਼ੁਰੂ ਉਨਕੇ ਸਾਥ ਪਹਿਲੇ ਇੱਕ ਦੋ ਲੋਕ ਥੇ ਤੀਨ ਥੇ ਫਿਰ ਆਸਾ ਆਸਾ ਜੇ ਮਾਰਨਿੰਗ ਵਾਕ ਐਸੋਸੀਏਸ਼ਨ ਪੂਰੀ ਉਨਕੇ ਸਾਥ ਜੁੜ ਗਈ। ਇਹ ਹਮ ਇਹ ਹੈ ਕਿ ਲੋਕੋਂ ਕੋ ਕਹੇਂਗੇ ਜੈਸੇ ਨੈਸ਼ਨਲ ਇਹ ਜੀ ਨੈਸ਼ਨਲ ਹਾਈਵੇਜ਼ ਬਣ ਰਹੀ ਹੈ, ਨੈਸ਼ਨਲ ਹਾਈਵੇਜ਼ ਕੇ ਦੋਨੋਂ ਤਰਫ ਫਲ ਕੇ ਪੌਦੇ ਲਗੇ, ਜੈਸੇ ਵੋ ਲਗਾ ਰਹੇ ਗੰਡੀਲਾ ਜਾਂ ਫੁੱਲ ਫੁੱਲ ਲਗਾ ਰਹੇ ਉਸੇ ਅੱਛਾ ਕਿ ਇਹ ਵਾਲੇ ਫਰੂਟ ਲਗਾਏ, ਕੋਈ ਜਾਨਵਰ ਖਾਏ, ਬੰਦੇ ਖਾਏ, ਬੱਚੇ ਖਾਏ, ਸਭ ਖਾਏ, ਜਿਸਸੇ ਹਮਾਰਾ ਦੇਸ਼ ਅੱਛਾ ਬਣੇਗਾ, ਖੁਸ਼ਹਾਲ ਬਣੇਗਾ। ਮੈਂ ਯਹਾਂ ਪੇ ਬੜਾ ਅੱਛਾ ਲੱਗਤਾ ਹੈ ਕਿਉਂਕਿ ਯਹਾਂ ਪੇ ਜੋ ਵਾਕਿੰਗ ਆਰਗੇਨਾਈਜੇਸ਼ਨ ਹੈ ਉਹਨਾਂ ਨੇ ਯਹਾਂ ਪੇ ਇੱਕ ਪਾਰਕ ਬਣਾਇਆ, ਇੱਕ ਅੱਛਾ ਇਨੀਸ਼ੀਏਟਿਵ ਲਿਆ ਹੈ। ਯਹਾਂ ਪੇ ਸਭ ਲੋਕੋਂ ਕੇ ਲਈ ਝੂਲੇ ਵਗੈਰਾ ਲਗੇ ਹੋਏ ਹੈ, ਰਿਫਰੈਸ਼ਮੈਂਟ ਕੀ ਤਿਆਰੀ ਕੀ ਹੋਤੀ ਹੈ ਔਰ ਸਭ ਕੁਛ ਯਹਾਂ ਪੇ ਅੱਛਾ ਅੱਛੀ ਤਰ੍ਹਾਂ ਸੇ ਪਾਰਕਸ ਵਗੈਰਾ ਬਣਾਈ ਹੈ। ਹਰਜਿੰਦਰ ਸਿੰਘ ਅਤੇ ਉਸਦੇ ਸਾਥੀਆਂ ਨੂੰ 4 ਸਾਲ ਤੋਂ ਜ਼ਿਆਦਾ ਦਾ ਵਕਤ ਹੋ ਚੁੱਕਾ ਹੈ, ਇਸ ਦਰਮਿਆਨ 1000 ਰੁੱਖ ਲਗਾ ਚੁੱਕੇ ਨੇ ਜਿਨ੍ਹਾਂ 'ਚ ਫਲਾਂ ਅਤੇ ਜੜੀ ਬੂਟੀਆਂ ਦੇ ਰੁੱਖ ਵੀ ਸ਼ਾਮਿਲ ਨੇ। ਇਹਨਾਂ ਦੀ ਸਿੰਚਾਈ ਤੋਂ ਲੈ ਕੇ ਕੀੜੇ ਤੋਂ ਬਚਾਅ ਹਰ ਗੱਲ ਦਾ ਧਿਆਨ ਰੱਖਿਆ ਜਾਂਦਾ ਹੈ। ਇਸ ਦੇ ਨਾਲ ਹੀ ਇਹਨਾਂ ਇਲਾਕਿਆਂ 'ਚ ਬੱਚਿਆਂ ਦੇ ਲਈ ਝੂਲਿਆਂ ਦਾ ਵੀ ਇੰਤਜ਼ਾਮ ਕੀਤਾ ਗਿਆ ਹੈ ਤਾਂ ਕਿ ਉਹ ਵੀ ਕੁਦਰਤ ਦੇ ਮਹੱਤਵ ਨੂੰ ਸਮਝ ਸਕਣ। ਜਬ ਸੇ ਹਮ ਸੈਰ ਕਰਨੇ ਆਏ ਹੋਏ ਹੈ ਤੋ ਹਮਾਰੀ ਜਿਹੀ ਕੋਸ਼ਿਸ਼ ਹੈ ਜਹਾਂ ਪਰ ਹਮ ਇਸਕੇ ਡਿਵੈਲਪਮੈਂਟ ਕਰੇਂ। ਹਮਾਰੇ ਜੇ ਜਮਾਲ ਸਾਹਿਬ ਹੈ ਬਹੁਤ ਮਿਹਨਤੀ ਆਦਮੀ ਹੈ, ਹਮਨੇ ਜੇ ਇੱਧਰ ਕਮ ਸੇ ਕਮ 800 ਬੂਟਾ ਲਗਵਾਇਆ ਹੈ। ਇਹ ਕਹਤੇ ਸਭ ਲੋਕ ਜਹਾਂ ਪਰ ਆਏ ਔਰ ਪੇੜ ਲਗਾਏ ਤਾਂ ਕਿ ਯਹਾਂ ਕਾ ਜੋ ਇਕੋ ਰਿਲੀਜਨ ਹੈ ਉਹ ਵਾਤਾਵਰਨ ਐਟਮੋਸਫੇਅਰ ਠੀਕ ਹੋ, ਤਾਂ ਕਿ ਹਮਾਰੇ ਜੰਮੂ ਵਾਲੋਂ ਕੋ ਜੋ ਬਾਰ ਬਾਰ ਪਰੇਸ਼ਾਨੀ ਹੋ ਰਹੀ ਹੈ ਬਾਰਿਸ਼ ਸੇ ਜਾਂ ਕਿਸੇ ਚੀਜ਼ ਸੇ ਗਰਮੀ ਸੇ ਤੋ ਉਹ ਠੀਕ ਹੋ। ਆਪਣੇ ਹਰ ਸਵਾਰਥ ਨੂੰ ਪੂਰਾ ਕਰਨ ਦੇ ਲਈ ਇਨਸਾਨ ਨੇ ਕੁਦਰਤ ਨੂੰ ਨੁਕਸਾਨ ਪਹੁੰਚਾਇਆ ਜਿਸ ਦਾ ਖਮਿਆਜਾ ਅਸੀਂ ਕੁਦਰਤੀ ਆਫਤਾਂ ਦੇ ਰੂਪ 'ਚ ਭੁਗਤ ਰਹੇ ਹਾਂ। ਪਰ ਕੁਦਰਤ ਦੇ ਕਰਜ਼ ਨੂੰ ਇਸ ਤਰ੍ਹਾਂ ਨਾਲ ਚੁਕਾਉਣ ਦਾ ਜੋ ਜ਼ਿੰਮਾ ਰਜਿੰਦਰ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੇ ਚੁੱਕਿਆ ਉਹ ਪੂਰੀ ਦੁਨੀਆਂ ਦੇ ਲਈ ਇੱਕ ਮਿਸਾਲ ਹੈ। ਰਾਜੂ ਕੇਰਨੀ, ਜ਼ੀ ਮੀਡੀਆ, ਜੰਮੂ। ਤਾਂ ਜਿਸ ਤਰ੍ਹਾਂ ਨਾਲ ਚੁਗਿਰਦੇ ਨੂੰ ਲੈ ਕੇ ਬਹੁਤ ਸਾਰੀਆਂ ਮੁਸ਼ਕਲਾਂ ਸਾਹਮਣੇ ਆਉਂਦੀਆਂ ਨੇ, ਦੇਸ਼ ਭਰ ਦੇ ਵਿੱਚ ਇਸ ਸਮੇਂ ਸੋਕੇ ਨਾਲ ਵੀ ਲੋਕ ਦੋ ਚਾਰ ਹੋ ਰਹੇ ਨੇ, ਤਾਂ ਇਸ ਵਿਚਾਲੇ ਚੁਗਿਰਦੇ ਨੂੰ ਸਾਂਭਣ ਦੀ ਇਹਨਾਂ ਦੀ ਪਹਿਲ ਕਿਤੇ ਨਾ ਕਿਤੇ ਸ਼ਲਾਘਾਯੋਗ। ਬਿਲਕੁਲ, ਕੁਦਰਤ ਤਾਂ ਸਾਡੇ ਲਈ ਬਹੁਤ ਕੁਝ ਕਰਦਾ ਪਰ ਅਸੀਂ ਕੁਦਰਤ 'ਤੇ ਕੀ ਕਰਦੇ ਸੋਚਣ ਵਾਲੀ ਗੱਲ ਹੈ। ਸੋ ਕੁਦਰਤ 'ਤੇ ਸਾਨੂੰ ਵੀ ਕੁਝ ਕਰਨਾ ਚਾਹੀਦਾ ਹੈ, ਇਹ ਸਿਰਫ ਕੁਦਰਤ ਲਈ ਨਹੀਂ, ਇਹ ਸਾਡੇ ਲਈ ਵੀ ਹੈ। ਅਗਲੀ ਖਬਰ ਦਾ ਰੁਖ ਕਰਦੇ ਨੇ ਹੁਣ, ਖਬਰ ਉਹਨਾਂ ਜੰਗੀ ਕੈਦੀਆਂ ਦੀ ਜੋ 1971 ਦੀ ਭਾਰਤ ਪਾਕਿਸਤਾਨ ਦੀ ਜੰਗ ਵੇਲੇ ਤੋਂ ਪਾਕਿਸਤਾਨ ਦੀਆਂ ਜੇਲ੍ਹਾਂ 'ਚ ਬੰਦ ਨੇ। ਨਾ ਅਜੇ ਤੱਕ ਇਹਨਾਂ ਕੈਦੀਆਂ ਦੀ ਰਿਹਾਈ ਹੋਈ ਤੇ ਨਾ ਹੀ ਉਹਨਾਂ ਦੇ ਪਰਿਵਾਰਾਂ ਨੂੰ ਉਹ ਸਹੂਲਤਾਂ ਮਿਲ ਰਹੀਆਂ ਨੇ ਜਿਨ੍ਹਾਂ ਦੇ ਉਹ ਹੱਕਦਾਰ ਨੇ।
ਪਹਿਲਾਂ ਸਰਬਜੀਤ ਅਤੇ ਹੁਣ ਕਿਰਪਾਲ ਸਿੰਘ ਦੋਹਾਂ ਦੀ ਮੌਤ ਪਾਕਿਸਤਾਨ ਦੀ ਕੋਟਲਾਖਪਤ ਜੇਲ੍ਹ ਵਿੱਚ ਹੁੰਦੀ ਹੈ। ਦੋਹਾਂ ਦੀ ਮ੍ਰਿਤਕ ਦੇਹ ਹੀ ਭਾਰਤ ਪਹੁੰਚਦੀ ਹੈ। ਇਹ ਕਹਾਣੀ ਸਿਰਫ ਦੋ ਭਾਰਤੀ ਕੈਦੀਆਂ ਦੀ ਨਹੀਂ ਹੈ, ਨਾ ਜਾਣੇ ਕਿੰਨੇ ਹੀ ਭਾਰਤੀ ਕੈਦੀ ਪਾਕਿਸਤਾਨ ਦੀਆਂ ਜੇਲ੍ਹਾਂ ਚੋਂ ਵਤਨ ਵਾਪਸੀ ਦੀ ਉਡੀਕ ਵਿੱਚ ਬੈਠੇ ਨੇ। ਐਡਵੋਕੇਟ ਐਸ ਸੀ ਅਰੋੜਾ ਵੱਲੋਂ ਆਰ ਟੀ ਆਈ ਤਹਿਤ 1971 ਦੀ ਭਾਰਤ ਪਾਕਿਸਤਾਨ ਜੰਗ ਦੀ ਜੰਗੀ ਕੈਦੀਆਂ ਦੀ ਮੰਗੀ ਗਈ ਸੂਚੀ ਦੇ ਮੁਤਾਬਕ 57 ਜਵਾਨ ਉਸ ਜੰਗ ਦੇ ਦੌਰਾਨ ਲਾਪਤਾ ਹੋ ਗਏ ਸਨ, ਜਿਨ੍ਹਾਂ ਚੋਂ 11 ਬਾਰੇ ਕਿਹਾ ਜਾਂਦਾ ਹੈ ਕਿ ਉਹ ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ ਬੰਦ ਨੇ। ਇਨ੍ਹਾਂ 'ਚ ਪੰਜਾਬ ਦੇ 5, ਹਰਿਆਣਾ ਦੇ 6 ਅਤੇ 1 ਚੰਡੀਗੜ੍ਹ ਦਾ ਜਵਾਨ ਸ਼ਾਮਿਲ ਹੈ। ਪਰ ਜੋ ਸਾਡੀ ਡਿਫੈਂਸ ਮਿਨਿਸਟਰੀ ਦੀਆਂ ਫਾਈਲਾਂ ਬੋਲਦੀਆਂ ਨੇ ਉਹ ਇਹ ਕਹਿੰਦੀਆਂ ਨੇ ਕਿ 57 ਟੋਟਲ ਪ੍ਰਿਜ਼ਨਰਸ ਆਫ ਵਾਰ ਪਾਕਿਸਤਾਨ ਦੀ ਕਸਟਡੀ 'ਚ ਨੇ, ਔਰ ਉਹਨਾਂ ਦੀ ਲਿਸਟ ਜਿਹੜੀ ਮੈਂ ਰਾਈਟ ਟੂ ਇਨਫੋਰਮੇਸ਼ਨ ਦੇ ਤਹਿਤ ਮੰਗਵਾਈ ਸੀ, ਉਹਦੇ ਵਿੱਚ ਸਿਰਫ 11 ਜਿਹੜੇ ਹੈਗੇ ਨੇ ਪ੍ਰਿਜ਼ਨਰਸ ਆਫ ਵਾਰ ਕਹੀਏ ਜਾਂ 11 ਡਿਫੈਂਸ ਦੇ ਪਰਸੋਨਲ ਕਹੀਏ, ਉਹ 11 ਪਾਕਿਸਤਾਨ ਦੀ ਜੇਲ੍ਹਾਂ ਵਿੱਚ ਮੰਨੇ ਜਾਂਦੇ। ਸ਼ਹੀਦ ਕੋਈ ਹੁੰਦਾ ਉਹ ਮਾਰ ਦਿੱਤਾ ਜਾਂਦਾ, ਗੋਲੀ ਵੱਜ ਕੇ ਮਰ ਜਾਂਦਾ, ਉਹ ਸ਼ਹੀਦ ਹੋ ਜਾਂਦਾ। ਦੂਸਰਾ ਜ਼ਖਮੀ ਹੋ ਜਾਂਦਾ, ਉਹਨੂੰ ਪਕੜ ਕੇ ਲੈ ਜਾਂਦੇ। ਔਰ ਪਿਛਲੇ 46 ਸਾਲ ਤਕਰੀਬਨ ਵਿੱਚ ਤਸੀਹੇ ਜੇ ਸਹਿ ਰਿਹਾ ਹੋਵੇ ਉੱਥੇ, ਉਹ ਜਿੰਦਾ ਸ਼ਹੀਦ ਮੰਨਣਾ ਚਾਹੀਦਾ ਮੇਰੇ ਹਿਸਾਬ ਨਾਲ ਉਹਨਾਂ ਨੂੰ। ਤਾਂ ਮੇਰਾ ਕਹਿਣ ਦਾ ਮਤਲਬ ਉਹਨੂੰ ਸ਼ਹੀਦ ਮੰਨ ਕੇ ਉਹਨਾਂ ਦੇ ਪਰਿਵਾਰਾਂ ਨੂੰ ਜੋ ਉਹਨਾਂ ਦਾ ਬਣਦਾ ਹੱਕ ਹੈ ਓਨਰ ਦੇ ਤੌਰ 'ਤੇ ਉਹ ਦੇਣਾ ਚਾਹੀਦਾ।